ਅਸੀਂ ਜੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਨਹੀਂ ਮਰੇ, ਅਸੀਂ ਚਾਈਨਾ ਦੀਆਂ ਸਰਹੱਦਾਂ 'ਤੇ ਨਹੀਂ ਮਰੇ ਤਾਂ ਮਰਦੇ ਅਸੀਂ ਮੁੱਖ ਮੰਤਰੀ ਸਾਹਿਬ, ਮਰਦੇ ਅਸੀਂ ਇੱਥੇ ਵੀ ਹੈ ਨਹੀਂ ਗੇ। ਅਸੀਂ ਜੇ ਮਰਾਂਗੇ ਤਾਂ ਅਸੀਂ ਤੇਰੇ ਮੰਤਰੀਆਂ ਨੂੰ, ਤੇਰੇ ਸੰਤਰੀਆਂ ਨੂੰ ਲੈ ਕੇ ਮਰਾਂਗੇ, ਪਾਣੀ 'ਚ ਲੈ ਕੇ ਬੈਠਾਂਗੇ, ਉਹਨਾਂ ਨੂੰ ਨਾਲ ਲੈ ਕੇ ਮਰਾਂਗੇ। ਫਿਰ ਅਸੀਂ ਫਤਿਹ ਅਰਜ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਪਹਿਲਾਂ ਮੁੱਦੇ ਸੀ ਸਾਡੇ ਸਾਬਕਾ ਸੈਨਿਕਾਂ ਦੇ, ਵਨ ਰੈਂਕ ਵਨ ਪੈਨਸ਼ਨ ਜਾਂ ਸਾਡੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ ਜਾਂ ਸਾਡੇ, ਕਿਉਂਕਿ ਅਸੀਂ ਕਿਸਾਨ ਦੇ ਪੁੱਤ ਹੈ, ਮਜ਼ਦੂਰ ਦੇ ਪੁੱਤ ਹੈ, ਸਾਡੀਆਂ ਜੋ ਮੰਗਾਂ ਹੈ, MSP ਦੀ ਮੰਗ ਹੈ, ਹੋਰ ਫਸਲਾਂ ਦੇ ਉੱਤੇ ਜੋ ਸਾਡਾ WU ਚੋਂ ਕੱਢਣ ਵਾਸਤੇ ਕਿਸਾਨ ਨੂੰ, ਜਾਂ ਜਿਹੜੇ ਕਾਨੂੰਨ ਬਣਾਏ ਸਰਕਾਰ ਨੇ, ਜਿਹੜੇ ਬਿਜਲੀ ਦੇ ਕਾਨੂੰਨ ਬਣਾਏ ਹੈ, ਜਾਂ ਜਿਹੜੇ ਇਹਨਾਂ ਨੇ ਫਸਲਾਂ ਨੂੰ ਅੱਗ ਲਾਉਣ ਵਾਸਤੇ ਕਾਨੂੰਨ ਬਣਾਇਆ, ਉਹਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ, ਜਾਂ ਜੇ ਸਾਡੇ GOG ਸਾਹਿਬ ਸੀਗੇ ਪੰਜਾਬ ਦੇ ਵਿੱਚ, ਗਰੀਬ ਮਜ਼ਦੂਰਾਂ ਦੀਆਂ ਉਹ ਸਕੀਮਾਂ ਉਹਨਾਂ ਤੱਕ ਪੁੱਜਦੀਆਂ ਕਰਦੇ ਸੀ, ਅਤੇ ਜਿਹੜੀ ਮਾਨ ਸਰਕਾਰ ਆਈ ਹੈ, ਭਗਵੰਤ ਮਾਨ ਦੀ ਸਰਕਾਰ ਆਈ ਹੈ, ਇਹਨੇ 9 ਨਵੰਬਰ ਨੂੰ ਇਹਨੇ ਉਹਨੂੰ ਚੱਲਦਾ ਕਰ ਦਿੱਤਾ ਗਿਆ, ਜੋ ਕਿ ਸਾਡੇ ਸਾਰੇ ਸਾਬਕਾ ਸੈਨਿਕ ਇਹਦਾ ਸੰਘਰਸ਼ ਕਰ ਰਹੇ ਸੀ। ਕੁਛ ਸਾਡਾ ਸੰਘਰਸ਼ ਕਿਸਾਨੀ ਮੋਰਚੇ ਕਰਕੇ ਠੰਡਾ ਸੀਗਾ, ਅਸੀਂ ਹੁਣ ਪਿੰਡ ਜਾ ਕੇ ਕਿਸਾਨੀ ਮੋਰਚੇ ਵਾਂਗੂ, ਕਿਸਾਨਾਂ ਵਾਂਗੂ ਅਸੀਂ ਪਿੰਡ ਜਾ ਰਹੇ ਹਾਂ, ਸਾਰੇ ਸਾਬਕਾ ਸੈਨਿਕਾਂ ਨੂੰ ਔਰ GOG ਨੂੰ ਅਸੀਂ ਮੀਟਿੰਗਾਂ ਸ਼ੁਰੂ ਕਰਤੀਆਂ। ਪਰ ਅਸੀਂ 10 ਤਰੀਕ ਤੋਂ ਜੋ ਕਿਸਾਨਾਂ ਦਾ ਰੇਲ ਰੋਕੂ ਪ੍ਰੋਗਰਾਮ ਹੈ ਪੂਰੇ ਭਾਰਤ ਦੇ ਵਿੱਚ, ਅਸੀਂ ਉਸ ਤੋਂ ਬਾਅਦ ਜਿਹੜਾ ਕੋਈ ਅਸੀਂ ਆਪਦਾ ਵੱਡਾ ਅੰਦੋਲਨ ਸ਼ੁਰੂ ਕਰਾਂਗੇ, ਭਾਰਤ ਸਰਕਾਰ ਦੇ ਵਰਖਿਲਾਫ ਵੀ ਕਿਸਾਨਾਂ ਨਾਲ ਰਲ ਕੇ, ਅਤੇ ਜੋ ਪੰਜਾਬ ਸਰਕਾਰ ਸੀਗੀ ਜਿਹੜਾ ਭੰਡ ਮੁੱਖ ਮੰਤਰੀ ਬਣਿਆ ਸੀ ਸਾਡਾ, ਉਹਦੇ ਵਰਖਿਲਾਫ ਵੀ ਅਸੀਂ, ਜਿਹੜਾ ਉਹਨੇ ਕਿਹਾ ਸਾਬਕਾ ਸੈਨਿਕਾਂ ਨੂੰ ਕਿ ਸਾਬਕਾ ਸੈਨਿਕ ਆ ਜਿਹੜੇ ਇਹ ਕੰਮ ਨਹੀਂ ਜਾਣਦੇ, ਇਹਨਾਂ ਨੂੰ ਆਪਦਾ ਕੰਮ ਨਹੀਂ ਆਉਂਦਾ, ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ, ਇਹ ਸਾਬਕਾ ਫੌਜੀ ਉਹ ਹਨ, ਜੇ ਸਰਕਾਰ, ਜੇ ਭਾਰਤ ਦੇ ਵਿੱਚ ਕੋਈ ਹੜ੍ਹ ਆ ਜੇ, ਬਾੜ ਆ ਜੇ, ਤਾਂ ਉਹਦੇ ਵਿੱਚ ਜਾ ਕੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਆ ਇਹ। ਜੇ ਭਾਰਤ ਦੀ ਸਰਕਾਰ ਪ੍ਰਧਾਨ ਮੰਤਰੀ ਨੂੰ ਲਾ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਤਾਂ ਇਹ ਭਾਰਤ ਦੀ ਸਰਕਾਰ ਵੀ ਚਲਾਉਂਦੇ ਆ। ਮੈਂ ਤੁਹਾਨੂੰ ਇੱਥੋਂ ਤੱਕ ਕਹਿਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਜੀ, ਜੇ ਪੰਜਾਬ ਸਰਕਾਰ ਨੂੰ ਅੱਜ ਰਾਸ਼ਟਰਪਤੀ ਰਾਜ ਲੱਗ ਜੇ, ਜਾਂ ਤੇਥੋਂ ਸਰਕਾਰ ਨਹੀਂ ਚੱਲਦੀ, ਤੂੰ ਪਾਸੇ ਹੋ ਕੇ ਬਹਿ ਜੇ, ਤਾਂ ਤੇਰੀ ਪੰਜਾਬ ਸਰਕਾਰ ਵੀ ਚਲਾ ਕੇ ਵਿਖਾ ਦੇਣਗੇ, ਘਰ ਸਕੀਮਾਂ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ ਤੱਕ ਪੁੱਜਦੀਆਂ ਕਰ ਦੇਣਗੇ। ਔਰ ਤਾਂ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਆਦੇ ਹੁੰਦੇ ਆ ਕਿ ਰੇਲਵੇ ਹੜਤਾਲ ਕਰਦੇ, ਇਹ ਗੱਡੀਆਂ ਵੀ ਚਲਾ ਲੈਂਦੇ ਆ, ਇਹ ਸਟੇਸ਼ਨ ਟੂ ਸਟੇਸ਼ਨ ਜਿਹੜੇ ਮੁਸਾਫਰ ਆ ਉਹਨਾਂ ਨੂੰ ਪੁੱਜਦਾ ਵੀ ਕਰ ਦਿੰਦੇ ਆ, ਜੇ ਏਅਰ ਇੰਡੀਆ ਹੜਤਾਲ ਕਰਦੇ ਤਾਂ ਇਹ ਜਹਾਜ਼ ਚਲਾ ਕੇ ਜਿਹੜੇ ਮੁਸਾਫਰ ਹੈ ਉਹ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਵੀ ਪਹੁੰਚਾ ਸਕਦੇ ਆ, ਜੇ ਟੈਲੀਫੋਨ ਮਹਿਕਮਾ ਵਾਲੇ ਹੜਤਾਲ ਕਰ ਦੇਣ ਤਾਂ ਇਹ ਪੂਰੇ ਟੈਲੀਫੋਨ ਮਹਿਕਮੇ ਨੂੰ ਵੀ ਚਲਾ ਸਕਦੇ ਆ। ਕਹਿਣ ਦਾ ਭਾਵ ਕਿ ਇਹ ਜਦੋਂ ਟ੍ਰੇਨਿੰਗ ਕਰਦੇ ਆ ਸਾਬਕਾ ਸੈਨਿਕ ਜਾਂ ਰਘੂ ਟ੍ਰੇਨਿੰਗ ਕਰਦਾ, ਉਦੋਂ ਇਹ ਕਸਮ ਖਾਂਦਾ ਹੈ ਕਿ ਅਸੀਂ ਜਿਹੜਾ ਟ੍ਰੇਨਿੰਗ ਦੇ ਵਿੱਚ ਅਸੀਂ ਕਸਮ ਖਾਂਦੇ ਹਾਂ ਕਿ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਈਏ ਜਾਂ ਅਸੀਂ ਕਿਸੇ ਦੇਸ਼ ਦੇ ਨਾਲ ਲੜਾਈ ਲੜੀਏ, ਸਭ ਤੋਂ ਪਹਿਲਾਂ ਅਸੀਂ ਆਪਦੀ ਜਾਨ ਕਰਵਾਉਣ ਲਈ ਤਿਆਰ ਹੋ ਜਾਂਦੇ, ਅਸੀਂ ਕਸਮ ਖਾਧੀ ਹੁੰਦੀ ਹੈ ਆਪਦੇ ਗ੍ਰੰਥ ਦੇ ਉੱਤੇ ਹੱਥ ਧਰ ਕੇ। ਇਸੇ ਕਰਕੇ ਅਸੀਂ ਹੁਣ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਸੀਗੇ।